ਐਸਵੇਲੇ ਦੀ ਵੱਡੀ ਖਬਰ ਬਿਜਲੀ ਸੰਕਟ ਨੂੰ ਲੈ ਕੇ ਪੀਐਸਪੀਸੀਐਲ ਦੇ ਸੀਐਮਡੀ ਏ ਵੈਨੂ ਪ੍ਰਸ਼ਾਦ ਨੇ ਪੰਜਾਬ ਦੇ ਹਾਲਾਤ ਸਪਸ਼ਟ ਕੀਤੇ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ 'ਚ 2 ਤੋਂ ਲੈ ਕੇ 4 ਦਿਨਾਂ ਦਾ ਹੀ ਕੋਲਾ ਬਾਕੀ ਬਚਿਆ ਹੈ, ਜਦਕਿ ਇੱਕ ਪਲਾਂਟ ਤਾਂ ਬੰਦ ਵੀ ਹੋ ਚੁੱਕਾ ਹੈ, ਜਿਸ ਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਸੰਕਟ ਆ ਸਕਦਾ ਹੈ। ਜਿੱਥੇ ਪੰਜਾਬ ਦੇ ਵਿੱਚ ਕੋਲੇ ਦੀ ਸਪਲਾਈ ਮਾਲ ਗੱਡੀਆਂ ਬੰਦ ਹੋਣ ਕਾਰਨ ਠੱਪ ਹੋ ਚੁੱਕੀ ਹੈ, ਉੱਥੇ ਪੀਐਸਪੀਸੀਐਲ ਦੇ ਸੀਐਮਡੀ ਏ ਵੈਨੂ ਪ੍ਰਸ਼ਾਦ ਦਾ ਵੱਡਾ ਬਿਆਨ ਬਿਜਲੀ ਸਪਲਾਈ ਅਤੇ ਸੰਕਟ ਨੂੰ ਲੈ ਕੇ ਸਾਹਮਣੇ ਆਇਆ। ਪੈਡੀ ਸੀਜ਼ਨ ਦੇ ਦੌਰਾਨ ਅਸੀਂ ਜੋ ਫਾਰਮਰਸ ਦੇ ਡਿਮਾਂਡ ਮੁਤਾਬਕ ਜਾਂ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਅਸੀਂ ਸਪਟੈਂਬਰ 30 ਤੱਕ ਹਰ ਦਿਨ 8 ਘੰਟੇ ਬਿਜਲੀ ਦਿੱਤਾ। ਇਸਦੇ ਬਾਅਦ ਇਸ ਸਾਲ ਦੇ ਵਿੱਚ ਕੋਵਿਡ-19 ਦੇ ਕਾਰਨ ਕੁਝ ਇੰਡਸਟਰੀਅਲ ਡਿਮਾਂਡ ਘੱਟ ਗਿਆ ਸੀ, ਬਟ ਫਿਰ ਵੀ ਓਵਰਆਲ ਡਿਮਾਂਡ ਕਾਫੀ ਇਨਕਰੀਜ਼ ਸੀ। ਅਸੀਂ ਲਗਭਗ ਇਸ ਸਾਲ 14,000 ਮੈਗਾਵਾਟ ਅਸੀਂ ਟੱਚ ਕੀਤਾ। ਇਹ ਹਿਸਟੋਰਿਕ ਹਾਈ ਹੈ। ਇਸਦਾ ਮੇਨ ਕਾਰਨ ਇਹ ਹੈ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਲਗਭਗ 500 ਤੋਂ ਲੈ ਕੇ 1,000 ਮੈਗਾਵਾਟ ਦਾ ਲੋਡ ਇਸ ਸਾਲ ਇਨਕਰੀਜ਼ ਹੋਇਆ। ਉਸਦੇ ਬਾਅਦ ਫਿਰ ਇਹ 30 ਸਪਟੈਂਬਰ ਦੇ ਬਾਅਦ ਅਸੀਂ ਪੈਡੀ ਦਾ ਡਿਮਾਂਡ ਘੱਟ ਜਾਂਦੀ ਹੈ। ਉਸਦੇ ਵਿੱਚ ਅਸੀਂ ਲਗਭਗ 10 ਘੰਟੇ ਹਰ ਇੱਕ ਆਲਟਰਨੇਟ ਡੇ ਪਾਵਰ ਦਿੰਦੇ ਹਾਂ। ਸਿਮਿਲਰਲੀ ਜਿੱਥੇ ਵੈਜੀਟੇਬਲ ਗਰੋਇੰਗ ਏਰੀਆ ਹੈ ਉੱਥੇ 4 ਘੰਟੇ ਔਰ 5 ਘੰਟੇ ਅਸੀਂ ਪਾਵਰ ਦੇ ਦਿੰਦੇ ਹਾਂ। ਸੋ ਐਗਰੀਕਲਚਰ ਸੈਕਟਰ ਨੂੰ ਕੋਈ ਪ੍ਰੋਬਲਮ ਨਹੀਂ ਹੈ। ਸਿਮਿਲਰਲੀ ਜੋ ਡੋਮੈਸਟਿਕ ਕਮਰਸ਼ੀਅਲ ਇੰਡਸਟਰੀ ਸੈਕਟਰਸ ਨੂੰ ਵੀ ਅਸੀਂ ਪੂਰਾ ਪਾਵਰ ਦੇ ਰਹੇ ਹਾਂ। ਲਾਸਟ ਕੁਝ ਦਿਨਾਂ ਵਿੱਚ ਬਿਕਾਜ਼ ਆਫ ਫਾਰਮਰਸ ਐਜੀਟੇਸ਼ਨ ਕੋਇਲਾ ਦੇ ਵਿੱਚ ਸ਼ਾਰਟ ਸਪਲਾਈ ਹੈ। ਐਜ਼ ਪਰ ਦੀ ਗਾਈਡਲਾਈਨਸ ਆਫ ਸੈਂਟਰਲ ਇਲੈਕਟ੍ਰਿਸਿਟੀ ਅਥਾਰਿਟੀ ਅਸੀਂ ਮਿਨੀਮਮ 20-25 ਦਿਨ ਦਾ ਕੋਇਲਾ ਮੇਨਟੇਨ ਕਰਨਾ ਹੁੰਦੇ, ਪਰ ਫਾਰਮਰਸ ਐਜੀਟੇਸ਼ਨ ਕਰਕੇ ਉਹ ਸਟਾਕ ਅਸੀਂ ਮੇਨਟੇਨ ਨਹੀਂ ਕਰ ਪਾ ਰਹੇ। ਅੱਜ ਦੇ ਦਿਨ ਸਿਰਫ 2 ਦਿਨ ਦਾ ਕੋਇਲਾ ਕੁਝ ਥਰਮਲ ਪਲਾਂਟਸ ਦੇ ਵਿੱਚ ਹੈ, ਕੁਝ ਥਰਮਲ ਪਲਾਂਟ 4 ਦਿਨ ਦਾ ਹੈ, ਕੁਝ ਥਰਮਲ ਪਲਾਂਟ ਮੈਂ ਆਲਮੋਸਟ ਖਤਮ ਹੋ ਗਿਆ, ਲਾਈਕ ਤਲਵੰਡੀ ਸਾਬੋ ਹੈ ਆਲਮੋਸਟ ਨੈਗਲੀਜੀਬਲ ਹੈ। ਅੱਜ ਦੇ ਡਿਮਾਂਡ ਲੱਕੀਲੀ ਵੈਦਰ ਫੇਵਰੇਬਲ ਹੈ, ਇਸ ਕਰਕੇ ਡਿਮਾਂਡ ਹੈ ਲਗਭਗ 6,000 ਮੈਗਾਵਾਟ ਹੈ, ਜੋ ਸਾਡੇ ਰਿਸੋਰਸਿਸ ਮੁਤਾਬਕ ਜਿਵੇਂ ਕਿ ਸੋਲਾਰ ਹੋ ਗਿਆ, ਹਾਈਡਲ ਹੋ ਗਿਆ, ਸਾਡੇ ਸੈਂਟਰਲ ਸੈਕਟਰ ਤੋਂ ਵੀ ਸਾਨੂੰ ਲਗਭਗ 3,000 ਮੈਗਾਵਾਟ ਆਉਂਦੇ ਹੈ, ਜਿਵੇਂ ਸਿੰਗਰੌਲੀ ਹੋ ਗਿਆ, ਸਾਸਨ ਪਾਵਰ ਹੋ ਗਿਆ, ਟਾਟਾ ਮੁਦਰਾ ਪਾਵਰ ਹੋ ਗਿਆ, ਉਹਨਾਂ ਤੋਂ ਵੀ ਪਾਵਰ ਆਉਂਦੇ ਹੈ। ਲਗਭਗ ਸਾਡੇ ਕੋਲ 5,000 ਮੈਗਾਵਾਟ ਦਾ ਇੰਤਜ਼ਾਮ ਹੈ ਅੱਜ ਦੇ ਦਿਨ। ਸੋ ਲਗਭਗ 6,000 ਸਾਡਾ ਡਿਮਾਂਡ ਹੈ, 5,000 ਸਾਡੇ ਕੋਲ ਇੰਤਜ਼ਾਮ ਹੈ, ਲਗਭਗ 1,000 ਮੈਗਾਵਾਟ ਦਾ ਸ਼ਾਰਟੇਜ ਹੈ। ਉਹ ਸ਼ਾਰਟੇਜ ਨੂੰ ਪੂਰਾ ਕਰਨ ਵਾਸਤੇ ਅਸੀਂ ਐਕਸਚੇਂਜ ਤੋਂ ਪਾਵਰ ਖਰੀਦ ਰਹੇ ਹਾਂ। ਜਦੋਂ ਐਕਸਚੇਂਜ 'ਤੇ ਪਾਵਰ ਖਰੀਦਦੇ ਹਾਂ ਉਹ ਡੇ ਟੂ ਡੇ ਬੇਸਿਸ ਦੇ ਵਿੱਚ ਅਸੀਂ ਖਰੀਦਦੇ ਹਾਂ, ਕੁਝ ਵੀਕਲੀ ਬੇਸਿਸ 'ਤੇ ਖਰੀਦਦੇ ਹਾਂ, ਬਟ ਉਸਦੇ ਵਿੱਚ ਸਾਡੇ ਕਾਫੀ ਅਨਸਰਟਨਿਟੀ ਹੁੰਦੀ ਹੈ, ਖਾਸ ਕਰਕੇ ਜੋ ਪੀਕ ਡਿਮਾਂਡ ਅਸੀਂ ਕਹਿੰਦੇ ਹਾਂ ਮਾਰਨਿੰਗ 6 to 8, ਈਵਨਿੰਗਸ 5 to 7, 5 to 8, ਪੀਕ ਡਿਮਾਂਡ ਦੇ ਵਿੱਚ ਸਮਟਾਈਮਸ ਪਾਵਰ ਅਵੇਲੇਬਿਲਿਟੀ ਨਹੀਂ ਹੁੰਦਾ। ਸੋ ਉਸ ਵੇਲੇ ਸਾਨੂੰ ਪ੍ਰੋਬਲਮਸ ਆਉਂਦੇ ਹੈ, ਜਦੋਂ ਵੀ ਪ੍ਰੋਬਲਮ ਆਉਂਦੇ ਹੈ ਸਾਡੇ ਕੋਲ ਔਰ ਕੋਈ ਆਪਸ਼ਨ ਨਹੀਂ ਹੁੰਦਾ, ਕੁਝ ਪਾਵਰ ਕਾ ਰੈਸਟ੍ਰਿਕਸ਼ਨ ਕਰ ਇੰਪੋਜ਼ ਕਰਦੇ ਹਾਂ, ਕਿਉਂਕਿ ਵਿਥਡਰਾਵਲ ਫਰੋਮ ਦ ਗ੍ਰਿਡ ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਭਾਰਤ ਸਰਕਾਰ ਔਰ ਗ੍ਰਿਡ ਕੋਡ ਜਦੋਂ 2004-5 ਈਅਰਸ ਬੈਕ ਪ੍ਰੋਬਲਮ ਆਏ ਸੀ, ਉਸਦੇ ਬਾਅਦ ਵਿਥਡਰਾਵਲ ਵੀ ਅੰਡਰਡਰਾਵਲ ਵੀ ਕਾਫੀ ਪਨਿਸ਼ਮੈਂਟਸ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੋਲੇ ਦੀ ਕਮੀ ਨੂੰ ਲੈ ਕੇ ਚਿੰਤਾ ਜਤਾ ਚੁੱਕੇ ਨੇ, ਜਦਕਿ ਦੂਜੇ ਪਾਸੇ ਕਿਸਾਨ ਅੰਦੋਲਨ ਅਤੇ ਕੇਂਦਰ ਦੇ ਵੱਲੋਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਰੋਕਣ ਦੇ ਫੈਸਲੇ ਦੇ ਕਾਰਨ ਕੋਲੇ ਦੀ ਸਪਲਾਈ ਬਿਲਕੁਲ ਠੱਪ ਪਈ ਹੈ। ਕਿਸਾਨਾਂ ਨੇ ਪਹਿਲਾਂ ਸਾਰੀਆਂ ਰੇਲ ਗੱਡੀਆਂ ਰੋਕੀਆਂ ਗਈਆਂ ਸਨ, ਪਰੰਤੂ ਫਿਰ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰੰਤੂ ਹੁਣ ਕੇਂਦਰ ਨੇ ਕਿਹਾ ਹੈ ਕਿ ਜਿੰਨਾ ਚਿਰ ਕਿਸਾਨ ਜਥੇਬੰਦੀਆਂ ਬਿਲਕੁਲ ਲਾਈਨ ਕਲੀਅਰ ਨਹੀਂ ਕਰਨਗੀਆਂ ਉਹਨਾਂ ਚਿਰ ਪੰਜਾਬ 'ਚ ਕੋਈ ਵੀ ਰੇਲ ਗੱਡੀ ਨਹੀਂ ਚਲਾਈ ਜਾਏਗੀ, ਜਿਸ ਦੇ ਕਾਰਨ ਹੁਣ ਕੋਲਾ ਪੰਜਾਬ ਦੇ ਵਿੱਚ ਨਹੀਂ ਆ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਕਿਸੇ ਟਾਈਮ ਵੀ ਬਲੈਕ ਆਊਟ ਹੋ ਸਕਦਾ ਹੈ। ਬਿਊਰੋ ਰਿਪੋਰਟ, NC7 ਨਿਊਜ਼।